ਸੇਂਟ ਸੋਲਜਰ ਟਾਈਮਸ ਤੇ ਮੈਂ ਹਾਂ ਜਸਪ੍ਰੀਤ ਔਰ ਅੱਜ ਅਸੀਂ ਪਹੁੰਚੇ ਹਾਂ ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨੀਕਲ ਇੰਸਟੀਟਿਊਟ ਦੇ ਵਿੱਚ ਜਿੱਥੇ ਕਿ ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਵੱਲੋਂ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਵਰਲਡ ਫੈਸ਼ਨ ਡੇ। ਸੋ ਆਓ ਦੇਖਦੇ ਹਾਂ ਕਿ ਇਸ ਵਰਲਡ ਫੈਸ਼ਨ ਡੇ ਦੇ ਉੱਪਰ ਕੀ ਖਾਸ ਹੈ ਔਰ ਕਿਹੜੇ ਗੈਸਟ ਨੇ ਜਿਹੜੇ ਉਹਨਾਂ ਨੇ ਬੁਲਾਏ ਨੇ ਜੋ ਬੱਚਿਆਂ ਨੂੰ ਮੇਕਅਪ ਦੇ ਬਾਰੇ ਫੈਸ਼ਨ ਦੇ ਬਾਰੇ ਸਾਰਾ ਕੁਝ ਦੱਸਣਗੇ। ਆਓ ਚੱਲੀਏ। ਜਦੋਂ 18 ਈਅਰਸ ਦੇ ਵਿੱਚ ਆਪਣਾ ਜਿਹੜਾ ਪ੍ਰੋਫੈਸ਼ਨ ਸੀਗਾ ਸਟਾਰਟ ਕਰ ਦਿੱਤਾ ਸੀਗਾ ਐਜ਼ ਅ ਲਰਨਰ। ਸੋ ਮੈਂ ਲਰਨਿੰਗ ਦੇ ਨਾਲ ਨਾਲ ਪ੍ਰੋਫੈਸ਼ਨਲੀ ਕੰਮ ਵੀ ਕੀਤਾ ਸਟਾਰਟ। ਸੋ ਮੈਂ ਵੀ ਤੁਹਾਡੇ ਵਾਂਗੂ ਇੱਦਾਂ ਹੀ ਸਟੂਡੈਂਟ ਸੀਗੀ ਤਾਂ ਹੌਲੀ ਹੌਲੀ ਮੈਂ ਆਪਣੀ ਥਿੰਗਸ ਨੂੰ ਅਚੀਵ ਕੀਤਾ। ਮੈਂ ਆਪਣੇ ਇੱਕ ਮੋਟਿਵ ਬਣਾਇਆ ਸੀ ਕਿ ਆਈ ਵਾਂਟ ਟੂ ਬਿਕਮ ਦਿਸ ਥਿੰਗ, ਫਾਈਨ। ਸੋ ਇੱਕ ਆਪਣਾ ਇੱਕ ਟਾਰਗੇਟ ਬਣਾਓ ਕਿ ਵੀ ਤੁਸੀਂ ਸਿੱਖ ਕੇ ਇਨ ਫਿਊਚਰ ਤੁਸੀਂ ਇੰਡੀਪੈਂਡੈਂਟ ਹੋਣਾ। ਈਵਨ ਗਰਲਸ ਨੂੰ ਵੀ ਮੈਂ ਇੱਕ ਬਹੁਤ ਲਾਈਕ ਕਹਿ ਲਓ ਫੋਰਸਫੁਲੀ ਕਹਿਣਾ ਚਾਹੂੰਗੀ ਕਿ ਡੋਂਟ ਲਾਈਕ ਕਿ ਵੀ ਹਾਂ ਬਸ ਅਸੀਂ ਸਿੱਖ ਲਿਆ ਆਪਾਂ ਘਰ ਬਹਿ ਜਾਣਾ। ਨੋ, ਅਗਰ ਤੁਸੀਂ ਕਹਿ ਲਓ ਕਿ ਵੀ ਦੇਖੋ ਕਿਤੇ ਵੀ ਕੁਛ ਵੀ ਆਪਾਂ ਸਿੱਖ ਰਹੇ ਹਾਂ ਸਭ ਤੋਂ ਪਹਿਲਾਂ ਇਨਵੈਸਟ ਕਰ ਰਹੇ ਹਾਂ ਕੁਛ ਪਰਸੈਂਟ ਮੇਰੀ ਸਭ ਤੋਂ ਚੀਜ਼ਾਂ ਅਚੀਵ ਕਰਨ, ਕਿਉਂਕਿ ਦੇਖੋ ਤੁਸੀਂ ਘਰ ਬੈਠੇ ਸਮ ਸਟੂਡੈਂਟਸ ਆਰ ਲਾਈਕ ਕਿ ਵੀ ਸਾਨੂੰ ਕਿਤੇ ਵਿਜ਼ਿਟ ਕਰਕੇ ਪੈਸਾ ਕਮਾਉਣ ਜਾਣਾ, ਅਸੀਂ ਕਿਤੇ ਲਾਈਕ ਫੋਰ ਦਾ 9 to 10 ਜੋਬ ਕਰਨੀ ਆ, 9 to 5 ਜੋਬ ਕਰਨੀ ਆ। ਇੱਕ ਹੁੰਦਾ ਕਿ ਜਿਹੜੀ ਇਹ ਵਾਲਾ ਪ੍ਰੋਫੈਸ਼ਨ ਆ ਇੱਥੇ ਤੁਸੀਂ ਘਰ ਬੈਠੇ ਪੈਸੇ ਕਮਾ ਸਕਦੇ ਹੋ। ਕਿਵੇਂ? ਕੋਈ ਵੀ ਹੈ, ਕੋਈ ਵੀ ਲੇਡੀ ਹੈ, ਕੋਈ ਵੀ ਚਾਹੇ ਮੈਨ ਹੈ, ਵੁਮੈਨ ਹੈ, ਕੁਛ ਵੀ ਹੈ, ਸਾਰੇ ਆਪਣੇ ਕੱਪੜੇ ਤਾਂ ਪਾਉਂਦੇ ਹੀ ਹੈ। ਔਰ ਅੱਜ ਕੱਲ੍ਹ ਪ੍ਰੋਫੈਸ਼ਨ ਇੰਨਾ ਫਾਸਟ ਹੋ ਗਿਆ ਕਿ ਸਾਰੇ ਇਜ਼ ਲਾਈਕ ਕਿ ਵੀ ਹਾਂ ਮੈਂ ਇਹ ਪਾਉਣਾ ਹੈ, ਮੈਂ ਕੋਟ ਸੈਟ ਪਾਉਣਾ ਹੈ, ਮੈਂ ਸਾੜੀ, ਇਹ ਵੋ, ਮਤਲਬ ਤੁਸੀਂ ਸਾਰੇ ਇਸ ਚੀਜ਼ ਬਾਰੇ ਜਾਣਦੇ ਹੀ ਹੋ ਨਾ। ਸੋ ਇਹਦੇ ਨਾਲ ਨਾਲ ਇੱਕ ਕਹਿ ਲਓ ਕਿ ਪਰਸਨਲੀ ਜਿਹੜੀ ਗਰੂਮਿੰਗ ਹੈ ਉਹ ਵੀ ਬਹੁਤ ਮੈਟਰ ਕਰਦੀ ਹੈ। ਸੋ ਬੇਸਿਕ ਗਰੂਮਿੰਗ ਜਿੱਦਾਂ ਜਿੱਦਾਂ ਆਹ ਵਾਲੀ ਸਟੂਡੈਂਟਸ ਹੈ ਥੋੜ੍ਹੀ ਥੋੜ੍ਹੀ ਗਰੂਮਿੰਗ ਕਰਕੇ ਬੈਠੇ ਆ ਤਾਂ ਮੈਨੂੰ ਬੜੇ ਅੱਛੇ ਲੱਗ ਰਿਹਾ, ਬੜੇ ਅਟਰੈਕਟਿਵ ਹੈ। ਇਟਸ ਗੁੱਡ। ਅਕੋਰਡਿੰਗ ਟੂ ਯੂਰ ਪ੍ਰੋਫੈਸ਼ਨ ਆਪਾਂ ਇੱਕਦਮ ਲਾਈਕ ਰਹਿਣਾ ਹੈ ਕਿ ਵੀ ਹਾਂ ਵੀ ਯਾਰ ਕੋਈ ਦੇਖ ਕੇ ਤੁਹਾਨੂੰ ਕਹੇ ਹਾਂ ਕਿ ਵੀ ਇਹਨਾਂ ਦੀ ਫੀਲਡ ਹੈ ਜਿਹੜੀ ਉਹ ਇਹ ਫੀਲਡ ਲੱਗਦੀ ਹੈ, ਇਹਨਾਂ ਦੀ ਡਰੈਸਿੰਗ ਸੈਂਸ ਤੋਂ, ਇਹਨਾਂ ਦੇ ਬੋਲਣ ਚਾਲਣ ਤੋਂ। ਇਹ ਨਹੀਂ ਹੈ ਕਿ ਵੀ ਚੁੱਪ ਰਹਿ ਕੇ ਕੰਮ ਨਹੀਂ ਹੋਣਾ, ਤੁਹਾਨੂੰ ਬੋਲਣਾ ਵੀ ਪੈਣਾ, ਫਾਈਨ, ਕਿ ਲੋਕ ਤੁਹਾਨੂੰ ਅਪਰੋਚ ਕਰਨ ਕੰਮ ਕਰਨ ਵਾਸਤੇ। ਆਪਣੇ ਕੰਮ ਨੂੰ ਤੁਸੀਂ ਕਿਵੇਂ ਐਕਸਪਲੇਨ ਕਰਨਾ ਹੈ, ਚਾਹੇ ਉਹ ਦਿਖਾ ਕੇ ਕਰੋ, ਚਾਹੇ ਤੁਸੀਂ ਬੋਲ ਕੇ ਕਰੋ, ਬਟ ਤੁਸੀਂ ਅਗਰ ਕਿਸੇ ਨਾਲ ਕਨਵਰਸੇਸ਼ਨ ਨਹੀਂ ਕਰੋਗੇ ਤੁਹਾਨੂੰ ਕਿਸੇ ਨੇ ਅਪਰੋਚ ਨਹੀਂ ਕਰਨਾ। ਉਹ ਹੱਸਦਾ ਨਾ ਕੀ ਹੋਇਆ। ਸੋ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗੀ ਕਿ ਵੀ ਜਿਹੜਾ ਵੀ ਤੁਸੀਂ ਪ੍ਰੋਫੈਸ਼ਨ ਚੂਜ਼ ਕੀਤਾ ਹੈ ਐਜ਼ ਅ ਫੈਸ਼ਨ ਡਿਜ਼ਾਈਨਰ, ਕੁਛ ਵੀ ਲਾਈਕ ਕੁਛ ਵੀ ਇਨ ਫਿਊਚਰ ਕੋਈ ਵੀ ਫੀਲਡ 'ਚ ਤੁਸੀਂ ਜਾਂਦੇ ਹੋ ਤਾਂ ਜ਼ਰੂਰ ਉਸ ਚੀਜ਼ ਨੂੰ ਪ੍ਰੋਫੈਸ਼ਨਲੀ ਮੂਵ ਕਰੋ ਔਰ ਇੱਕ ਲਾਈਫ ਦੇ ਵਿੱਚ ਕੋਈ ਵੀ ਜਿਹੜੀ ਚੀਜ਼ ਆ ਉਹਨੂੰ ਟਾਰਗੇਟ ਨੂੰ ਅਚੀਵ ਕਰੋ। ਠੀਕ ਹੈ? ਕਿਸੇ ਕੋਈ ਸਾਡੇ ਸੈਮੀਨਾਰ ਲਾਉਣ ਆਉਂਦਾ ਸੀ, ਮੈਂ ਵੀ ਇੱਦਾਂ ਬੈਠ ਕੇ ਦੇਖਦੀ ਸੀਗੀ ਔਰ ਮੈਂ ਬਹੁਤ ਹੀ ਇੰਟਰਸਟਿਡ ਸੀਗੀ ਮੇਕਅਪ ਫੀਲਡ ਨੂੰ ਲੈ ਕੇ। ਮੈਂ ਮਾਸਟਰਸ ਕੀਤੀ ਹੈ ਕੋਸਮੈਟੋਲੋਜੀ ਦੇ ਵਿੱਚ ਫਰੋਮ ਬੀ ਐੱਲ ਸੀ ਸੀ ਤੋਂ ਔਰੇਂਜ 'ਚ ਕੀਤੀ ਹੈ। ਸੋ ਮੈਂ ਐਜ਼ ਅ ਟੀਚਰ ਵੀ ਜੋਬ ਕੀਤੀ ਹੈ 4 ਈਅਰਸ ਇਨ ਔਰੇਂਜ ਇੰਸਟੀਟਿਊਟ। ਸੋ ਮੈਂ ਆਪਣੀ ਲਰਨਿੰਗ ਦੇ ਨਾਲ ਨਾਲ ਅਰਨਿੰਗ ਵੀ ਕਰ ਰਹੀ ਸੀ। ਤੁਸੀਂ ਚਾਹੇ ਪ੍ਰੋਫੈਸ਼ਨਲੀ ਦੇਖੋ, ਜਿਹੜੀ ਮੇਰੀ ਜੋਬ ਹੈ ਦੈਟਸ ਅ ਅਨਐਕਸਪੈਕਟਿਡ ਜੋਬ ਆਈ ਗੋਟ ਫਰੋਮ ਮਾਈ ਫਾਦਰ, ਫਾਈਨ, ਬਟ ਜਿਹੜਾ ਮੇਰਾ ਪ੍ਰੋਫੈਸ਼ਨ ਸੀ ਆਈ ਐਮ ਆਲਰੇਡੀ ਇੰਡੀਪੈਂਡੈਂਟ ਇਨ ਦਿਸ ਪ੍ਰੋਫੈਸ਼ਨ, ਬਟ ਹਾਂ ਆਈ ਡੋਂਟ ਹੈਵ ਐਨੀ ਅਦਰ ਆਪਸ਼ਨ ਐਂਡ ਆਈ ਜੁਆਇਨ ਐਜ਼ ਐਨ ਪੁਲਿਸ ਆਫਿਸਰ ਆਲਸੋ। ਸੋ ਆਈ ਐਮ ਵਰਕਿੰਗ ਦਿਸ ਆਲਸੋ, ਆਈ ਐਮ ਵਰਕਿੰਗ ਦੈਟ ਆਲਸੋ, ਇਟਸ ਅ ਗੁੱਡ ਥਿੰਗ ਨਾ। ਸੋ ਅਗਰ ਮੇਰੇ ਕੋਲ ਜੋਬ ਨਹੀਂ ਵੀ ਸੀ ਤਾਂ ਮੈਂ ਆਪਣਾ ਕੰਮ ਕਰ ਰਹੀ ਸੀ, ਨਾਓ ਮੈਂ ਬੋਥ ਜੋਬਸ ਨੂੰ ਮੈਂਟੇਨ ਕਰਕੇ ਦੋਨੋਂ ਹੀ ਕੰਮ ਕਰ ਰਹੀ ਹਾਂ। ਸੋ ਮੈਂ ਤੁਹਾਨੂੰ ਇਹ ਚੀਜ਼ ਕਹਿਣਾ ਚਾਹੁੰਦੀ ਹਾਂ ਕਿ ਵੀ ਤੁਸੀਂ ਵੀ ਇਨ ਫਿਊਚਰ ਕੁਛ ਵੀ ਹੈਗਾ ਹੈ ਕਿ ਵੀ ਕੋਈ ਗੱਲ ਨਹੀਂ ਹੈ, ਮੇਰੀ ਫਰੈਂਡ ਹੈ, ਮੈਂ ਤੇਰੇ ਲਈ ਡਰੈਸ ਡਿਜ਼ਾਈਨ ਕਰਦੀ ਹਾਂ, ਮੈਂ ਇੱਕ ਇਹ ਚੀਜ਼ ਦੇਖੀ ਸੀ, ਮੈਂ ਇਹ ਕਰ ਰਹੀ ਹਾਂ। ਹੌਲੀ 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 ਉਸ ਚੀਜ਼ ਨੂੰ ਪ੍ਰੋਫੈਸ਼ਨਲੀ ਆਓ। ਦੇਖੋ ਤੁਸੀਂ ਪਰਸਨਲੀ ਤੋਂ ਪ੍ਰੋਫੈਸ਼ਨਲੀ ਹੋਵੋਗੇ ਨਾ, ਇਟਸ ਅ ਗੁੱਡ ਥਿੰਗ। ਡਾਇਰੈਕਟ ਪ੍ਰੋਫੈਸ਼ਨਲੀ ਹੋਵੋਗੇ ਤੁਹਾਨੂੰ ਕਿਸੇ ਨੇ ਅਪਰੋਚ ਨਹੀਂ ਕਰਨਾ।
ਠੀਕ ਹੈ ਪਰਸਨਲੀ ਟੂ ਪ੍ਰੋਫੈਸ਼ਨਲੀ ਹੋਵੋ ਪਹਿਲਾਂ ਕਿਸੇ ਨੂੰ ਫ੍ਰੀ 'ਚ ਗਿਫਟ ਕਰੋ ਮਤਲਬ ਕਹਿ ਲਓ ਕਿ ਵੀ ਜਿਹਦੇ 'ਚ ਤੁਹਾਡਾ ਵੀ ਜ਼ਿਆਦਾ ਪੈਸਾ ਨਾ ਲੱਗੇ ਨੁਕਸਾਨ ਨਾ ਹੋਏ ਫਾਈਨ ਯੂ ਅੰਡਰਸਟੈਂਡ ਨਾ ਹੌਲੀ 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 ਆਪਣੀ ਜਿਹੜੀ ਚੀਜ਼ਾਂ ਨੂੰ ਅਚੀਵ ਕਰਨਾ ਨਾ ਉਹ ਤੁਸੀਂ ਇੰਨੀ ਚੀਜ਼ ਤੋਂ ਅਚੀਵ ਕਰ ਸਕਦੇ ਹੌਲੀ ਹੌਲੀ ਆਪਣੀ ਆਪਣੀ ਥਿੰਗਸ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰੋ ਕਿ ਵੀ ਮੈਂ ਜੇ ਇਹ ਸਿੱਖਿਆ ਤਾਂ ਮੈਂ ਘਰੇ ਨਹੀਂ ਬੈਠਣਾ ਸਪੈਸ਼ਲੀ ਗਰਲਸ ਕਿਉਂਕਿ ਗਰਲਸ ਦਾ ਹੁੰਦਾ ਕਿ ਵੀ ਨਹੀਂ ਸਿੱਖ ਲਿਆ ਹੈ ਮੇਰੇ ਪੇਰੈਂਟਸ ਨਹੀਂ ਅਲਾਓ ਕਰਦੇ ਮੇਰਾ ਇੱਦਾਂ ਮੇਰਾ ਉੱਦਾਂ ਮੈਂ ਆ ਨਹੀਂ ਪਾ ਸਕਦੀ ਠੀਕ ਹੈ ਤੁਹਾਡੀ ਫੈਮਿਲੀ ਥੋੜ੍ਹੀ ਉਸ ਹਿਸਾਬ ਨਾਲ ਤੁਹਾਨੂੰ ਨਹੀਂ ਡਰੈਸਅਪ ਕਰਨ ਦਿੰਦੀ ਇਟਸ ਡਜ਼ਨਟ ਮੈਟਰ ਇਟ ਡਜ਼ਨਟ ਮੈਟਰ ਬਟ ਤੁਸੀਂ ਡਿਜ਼ਾਈਨ ਤਾਂ ਕਰ ਸਕਦੇ ਹੋ ਨਾ ਕਿਸੇ ਵਾਸਤੇ ਹੈ ਨਾ ਸੋ ਇਸ ਚੀਜ਼ ਨੂੰ ਥੋੜ੍ਹਾ ਜਿਹਾ ਮੈਨੂੰ ਲੱਗਦਾ ਕਿ ਵੀ ਇਟਸ ਅ ਗੁੱਡ ਪ੍ਰੋਫੈਸ਼ਨ ਯੂ ਚੂਜ਼ਨ ਜੋ ਤੁਹਾਡਾ ਸਬਜੈਕਟ ਬੜਾ ਇੰਟਰਸਟਿਡ ਸਬਜੈਕਟ ਹੈ ਜੇ ਤੁਸੀਂ ਇਹਨੂੰ ਡੀਪਲੀ ਪੜ੍ਹੋ ਔਰ ਹਮ ਲੋਕ ਆਨਲਾਈਨ ਸਟੂਡੈਂਟ ਨੂੰ ਕਲਾਸਿਸ ਦੇਤੀ ਥੇ ਇਵਨ ਆਈ ਡਿਡ ਡਰਾਈਵਸ ਆਲਸੋ ਦੈਟ ਸੋ ਇਹ ਜਿਹੜੀ ਜੋਬ ਹੈਗੀ ਹੈ ਜਿਹੜਾ ਕੰਮ ਹੈ ਤੁਸੀਂ ਭਾਵੇਂ ਜ਼ਮਾਨਾ ਕਿਤੇ ਵੀ ਚੱਲ ਜਾਵੇ ਬੰਦ ਹੋ ਜਾਵੇ ਕੁਛ ਹੋ ਜਾਵੇ ਇਹ ਕੰਮ ਨਹੀਂ ਬੰਦ ਹੋਣਾ ਫਾਈਨ ਇਹ ਦੋ ਬਹੁਤ ਪ੍ਰੋਫੈਸ਼ਨ ਇੱਦਾਂ ਦੇ ਹੈ ਸੋ ਆਪਣੇ ਡਰੈਸਿੰਗ ਨਾਲ ਐਵਰੀਥਿੰਗ ਚੀਜ਼ਾਂ ਦੇ ਨਾਲ ਨਾਲ ਤੁਸੀਂ ਗਰੂਮਿੰਗ ਵੀ ਸਿੱਖੋ ਸੈਲਫ ਗਰੂਮਿੰਗ ਦਿਸ ਇਜ਼ ਸੋ ਮਤਲਬ ਇੰਪੋਰਟੈਂਟ ਇਨ ਲਾਈਫ ਸੈਲਫ ਗਰੂਮਿੰਗ ਕਿ ਤੁਹਾਡੀ ਪਰਸਨੈਲਿਟੀ ਦੇਖ ਕੇ ਤੁਹਾਨੂੰ ਇਹ ਕਹੇ ਕਿ ਹਾਂ ਵੀ ਆ ਇਹ ਲੱਗਦੀ ਹੈ ਇਸ ਪ੍ਰੋਫੈਸ਼ਨ ਦੀ ਹੈ ਸਭ ਤੋਂ ਪਹਿਲਾਂ ਆਪਣੀ ਮੰਮੀ ਦਾ ਮੇਕਅਪ ਕਰੋ ਮੰਮੀ ਦਾ ਸੂਟ ਬਣਾਓ ਫਿਰ ਆਪਣੀ ਸਿਸਟਰ ਨੂੰ ਲਓ ਸਿਸਟਰ ਦਾ ਡਿਜ਼ਾਈਨ ਕਰੋ ਉਹਨੂੰ ਰੈਡੀ ਕਰੋ ਕੁਛ ਹੇਅਰ ਸਟਾਈਲਸ ਕਰੋ ਸਮਥਿੰਗ ਕੁਛ ਕੁਛ ਬੇਸਿਕ ਬੇਸਿਕ ਥਿੰਗ ਸਟਾਰਟਅਪ ਕਰੋ ਉਸ ਤੋਂ ਬਾਅਦ ਤੁਸੀਂ ਹੌਲੀ ਹੌਲੀ ਇਸ ਚੀਜ਼ ਨੂੰ ਪ੍ਰੋਫੈਸ਼ਨਲੀ ਕਰ ਸਕਦੇ ਹੋ ਫਿਫਥ ਸਮੈਸਟਰ ਤੱਕ ਚਲੇ ਤੈਨੇ ਖੁਦ ਦਾ ਬੁਟੀਕ ਵੀ ਕਰੇ ਖੋਲ ਲਿਆ ਪੜ੍ਹਦੇ ਪੜ੍ਹਦੇ ਤੇਰੇ ਵਾਸਤੇ ਕਲੈਪਿੰਗ ਇਸ ਤੋਂ ਬਾਅਦ ਸਾਡੇ ਉਹ 5-2 ਬੱਚੇ ਆ ਇਹ ਤਿੰਨੋਂ ਨੇ ਵੀ ਕਰੇ ਮਤਲਬ ਬੁਟੀਕ ਦਾ ਕੰਮ ਸ਼ੁਰੂ ਕੀਤਾ ਖੁਦ ਸੀ ਲਾਸਟ ਵੀ ਨਹੀਂ ਹੈ ਰਿਆ ਰਿਤੂ ਸਤਵਿੰਦਰ ਤੁਸੀਂ ਆਪਣੇ ਬੁਟੀਕ 'ਚ ਕੰਮ ਕਰਦੇ ਹੋ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਦੇ ਅੰਡਰ ਕੰਮ ਕਰ ਰਹੇ ਹੋ ਯੂ ਆਰ ਵਰਕਿੰਗ ਇੰਡੀਪੈਂਡੈਂਟਲੀ ਨਾ ਮੈਨੂੰ ਕਿਸੇ ਨੂੰ ਯੈਸ ਨੋ ਨਹੀਂ ਕਰਨਾ ਪੈਣਾ ਮੈਨੂੰ ਪੁੱਛਣਾ ਨਹੀਂ ਪੈਣਾ ਮੰਥ ਦਾ ਮੈਂ ਨਹੀਂ ਪੁੱਛਦੀ ਤੁਹਾਨੂੰ ਤੁਸੀਂ ਕਿੰਨਾ ਅਰਨ ਕਰਦੇ ਹੋ ਤੁਹਾਨੂੰ ਲੱਗਦਾ ਤੁਸੀਂ ਆਪਣੇ ਵਾਸਤੇ ਤਾਂ ਅਰਨ ਕਰ ਰਹੇ ਹੋ ਆਪਣਾ ਖਰਚਾ ਕੱਢ ਰਹੇ ਹੋ ਹੌਲੀ ਹੌਲੀ ਆਪਣਾ ਆਪਣਾ ਪੇਰੈਂਟਸ ਦਾ ਵੀ ਥੋੜ੍ਹਾ ਥੋੜ੍ਹਾ ਹੈ ਨਾ ਲੱਗਦਾ ਨਾ ਤਾਂ ਇਹਨਾਂ ਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਇਹ ਵੀ ਤੁਹਾਡੇ ਨਾਲ ਦੇ ਹੀ ਬੱਚੇ ਹੈਗੇ ਹੈ ਤਾਂ ਜ਼ਰੂਰ ਆਪਾਂ ਜਦੋਂ ਕਿਸੇ ਨੂੰ ਆਪਣੀ ਦੱਸਦੇ ਹਾਂ ਨਾ ਚੀਜ਼ ਤਾਂ ਫਿਰ ਉਹ ਸਾਹਮਣੇ ਵਾਲਾ ਬੱਚਾ ਇੰਸਪਾਇਰ ਹੁੰਦਾ ਯਾਰ ਇਹ ਤਾਂ ਮੇਰੇ ਨਾਲ ਹੀ ਸੀ ਹੁਣ ਮੇਰੇ ਨਾਲ ਖੁਦ ਇੱਦਾਂ ਦੇ ਸਾਡੇ ਫਰੈਂਡ ਸਰਕਲ ਸੀ ਇੱਦਾਂ ਦਾ ਦੇ ਆਰ ਸਟਿਲ ਸਟੱਡਿੰਗ ਉਹਨਾਂ ਕੋਲ ਕੋਈ ਵੀ ਜੋਬ ਨਹੀਂ ਹੈਗੀ ਇਸ ਟਾਈਮ ਸਿਰਫ ਉਹ ਸਟੱਡੀ ਕਰਕੇ ਜੋਬ ਫਾਈਂਡ ਆਊਟ ਕਰ ਰਹੇ ਆ ਐਂਡ ਉਹ ਸਾਰੇ ਗਰੁੱਪ ਮੈਨੂੰ ਕਹੂਗਾ ਕਿ ਵੀ ਯਾਰ ਤੂੰ ਸਹੀ ਪ੍ਰੋਫੈਸ਼ਨ ਚੂਜ਼ ਕੀਤਾ ਸੀਗਾ ਅਸੀਂ ਹਾਲੇ ਤੱਕ ਪੜ੍ਹੀ ਜਾਂਦੇ ਹਾਂ ਤੂੰ ਕਮਾਉਣ ਵੀ ਲੱਗ ਗਈ ਹੈ ਕੀ ਆਪਕੀ ਹਾਰਡ ਵਰਕਿੰਗ ਆਪਣੇ ਕਿਸੇ ਨੂੰ ਨਾ ਦੇਖੋ ਕਿ ਮੇਰਾ ਘਰ ਵਾਲਾ ਰਾਜਾ ਹੋਊਗਾ ਵੀ ਮੈਂ ਉਹਦੇ ਸਿਰ ਤੇ ਐਸ਼ ਕਰਨੀ ਆ ਆਪਣੇ ਸ਼ੌਂਕ ਪੂਰੇ ਕਰਨ ਵਾਸਤੇ ਖੁਦ ਅਰਨ ਕਰੋ ਮੇਰੇ ਹਸਬੈਂਡ ਆਰਮੀ ਆਫਿਸਰ ਹੈ ਤਾਂ ਮੈਂ ਫਿਰ ਵੀ ਕਹਿ ਲਓ ਕਿ ਵੀ ਆਪਣੇ ਸ਼ੌਂਕ ਮੈਂ ਆਪ ਹੀ ਪੂਰੇ ਕਰਦੀ ਹਾਂ ਸਿੱਧੀ ਗੱਲ ਦੱਸਾਂ ਜੇ ਮੈਂ ਟਰੂਲੀ ਠੀਕ ਹੈ ਨਾ ਸੋ ਇਸ ਚੀਜ਼ ਨੂੰ ਤੁਸੀਂ ਜ਼ਰੂਰ ਕਰੋ ਕਿ ਵੀ ਬੰਦਾ ਅਰਨ ਕਰਦਾ ਹੋਵੇ ਨਾ ਠੀਕ ਹੈ ਸਪੋਰਟ ਫੈਮਿਲੀ ਸਪੋਰਟ ਇਜ਼ ਓਕੇ ਬਟ ਯੂ ਸ਼ੁੱਡ ਆਲਸੋ ਇੰਡੀਪੈਂਡੈਂਟ ਮੈਂ ਵੀ ਪਹਿਲਾਂ ਇੱਦਾਂ ਹੀ ਸੀ ਚੁੱਪ ਚੁੱਪ ਹੁਣ ਮੈਂ ਬਹੁਤ ਬੋਲਦੀ ਹਾਂ ਅੱਛਾ ਆਪ ਵੀ ਕੰਮ ਕਰਦੇ ਹੋ ਫ੍ਰੀਲੈਂਸਿੰਗ ਕਰਦੇ ਹੋ ਸਭ ਤੋਂ ਲੱਗਦਾ ਕਿ ਆਪ ਕੁਛ ਆਪਣੇ ਲਈ ਕੁਛ ਕਰ ਰਹੇ ਹੋ ਕਿਸੇ ਕੇ ਲਈ ਛੋੜੋ ਆਪਣੇ ਲਈ ਲੱਗਦਾ ਕਿ ਆਪ ਆਪਣੇ ਆਪਣੇ ਯੋਗ ਜੋ ਵੀ ਆਪਕੇ ਐਕਸਪੈਂਸਿਸ ਹੈ ਆਪ ਇਨਮੇ ਸੇ ਨਿਕਾਲ ਰਹੇ ਹੋ ਅਗਰ ਆਪ ਕੰਮ ਕਰ ਰਹੇ ਹੋ ਪੱਕਾ ਜ਼ਬਰਦਸਤੀ ਹਾਲ ਨਹੀਂ ਕਹਿਣਾ ਨਹੀਂ ਨਹੀਂ ਜਾਣਾ ਸੋ ਆਪਕੋ ਲੱਗਦਾ ਹੈ ਨਾ ਕਿ ਵੀ ਹਾਂ ਕਿ ਵੀ ਮੈਂ ਅਗਰ ਅਰਨ ਕਰ ਰਹੀ ਹੂੰ ਇਸ ਚੀਜ਼ ਕੋ ਤੋ ਹਾਂ ਮੈਂ ਆਪਣੇ ਲਈ ਤੋ ਕਰ ਰਹੀ ਹੂੰ ਨਾ ਅਗਰ ਮੇਰੇ ਕੋ ਇਹ ਚੀਜ਼ ਚਾਹੀਏ ਮੇਰੇ ਕੋ ਸੋਚਣਾ ਨਹੀਂ ਪੜ ਰਹੀ ਮੈਂ ਉਠਾਉਂ ਜਾਂ ਨਾ ਉਠਾਉਂ ਕੋਈ ਬਾਤ ਨਹੀਂ ਮੈਂ ਉਠਾ ਲੈਤੀ ਹੂੰ ਅਗਲੀ ਵਾਰ ਐਕਸ਼ਨ ਨਿਕਾਲ ਲੈਂਦੀ ਹੂੰ ਹੈ ਨਾ ਐਸੇ ਹੀ ਹੁੰਦਾ ਨਾ ਸੋ ਇਟਸ ਅ ਗੁੱਡ ਥਿੰਗ ਵੈਰੀ ਗੁੱਡ ਸੋ ਜਦੋਂ ਮੈਂ ਫਸਟ ਟਾਈਮ ਕਰ ਮੇਰੀ ਫਸਟ ਮੂਵੀ ਜਿਹੜੀ ਸੀਗੀ ਕਰੀਨਾ ਦੇ ਨਾਲ ਮੈਂ ਇੱਕ ਪ੍ਰਮੋਸ਼ਨ ਸ਼ੂਟ ਕੀਤਾ ਸੀਗਾ ਤਾਂ ਉਹ ਮੇਰਾ ਇੱਕ ਫਸਟ ਐਕਸਪੀਰੀਅੰਸ ਸੀ ਔਰ ਮੇਰੇ ਜਿਹੜੇ ਮਾਮਾ ਜੀ ਸੀਗੇ ਉਹਨਾਂ ਨਾਲ ਕੰਮ ਕਰਦੇ ਸੀ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਅਸਿਸਟ ਕੀਤਾ ਸੀ ਪਹਿਲਾਂ ਮੈਂ ਅਸਿਸਟਿੰਗ ਦਾ ਹੀ ਕੰਮ ਕਰਦੀ ਸੀ
ਕਿਤੇ ਵੀ ਮੈਂ ਇੱਥੇ ਵੀ ਜੇ ਸਿੱਖਦੀ ਸੀ ਮੈਂ ਆਪਣੇ ਟੀਚਰ ਨੂੰ ਅਸਿਸਟ ਕਰਦੀ ਸੀ ਕਿ ਵੀ ਹਾਂ ਇੱਦਾਂ ਇੱਦਾਂ ਮੈਨੂੰ ਸਭ ਤੋਂ ਪਹਿਲਾਂ ਮੈਨੂੰ ਮਨੀ ਦਾ ਕੋਈ ਵੀ ਇੱਦਾਂ ਦਾ ਨਹੀਂ ਸੀਗਾ ਕਿ ਵੀ ਮੈਂ ਅਸਿਸਟ ਕਰ ਰਹੀ ਹਾਂ ਮੈਨੂੰ ਉਹਦੇ ਪੈਸੇ ਮਿਲਣਗੇ ਮੈਂ 1.5 ਸਾਲ ਆਪਣੇ ਪ੍ਰੋਫੈਸ਼ਨ 'ਚ ਅਸਿਸਟਿੰਗ ਕੀਤੀ ਹੈ ਉਸ ਤੋਂ ਬਾਅਦ ਇੰਡਸਟਰੀ 'ਚ ਵੀ ਮੈਂ ਜਾ ਕੇ 6 ਮੰਥ ਅਸਿਸਟ ਕੀਤਾ ਉਸ ਤੋਂ ਬਾਅਦ ਮੈਂ ਇੰਡੀਪੈਂਡੈਂਟਲੀ ਕੰਮ ਕਰਨਾ ਸਟਾਰਟ ਕੀਤਾ ਸੀਗਾ ਇਨ 2018 ਦੇ ਵਿੱਚ ਮੈਂ ਕੰਮ ਕੀਤਾ ਸੀ ਇੰਡਸਟਰੀ 'ਚ ਵਿਦ ਕਰੀਨਾ ਕਪੂਰ ਖਾਨ ਐਂਡ ਨਾਓ ਮੇਰੀ ਰੀਸੈਂਟ ਮੂਵੀ ਹੁਣ ਮੈਂ ਕਰਕੇ ਆਈ ਹਾਂ ਆਪਾਂ 3 ਮੰਥਸ ਲਗਾ ਕੇ ਆਏ ਹਾਂ ਬੈਂਕੋਕ 'ਚ ਮੂਵੀ ਆ ਰਹੀ ਹੈ ਅਗਸਤ ਦੇ ਵਿੱਚ ਦੋਨੋਂ ਸਨੀ ਦਿਓਲ ਦਾ ਛੋਟਾ ਬੇਟਾ ਹੈ ਰਾਜਵੀਰ ਦਿਓਲ ਤਾਂ ਉਹਦਾ ਟੀਜ਼ਰ ਆਊਟ ਹੋ ਗਿਆ ਤਾਂ ਸ਼ਾਇਦ ਤੁਸੀਂ ਸੂਨ ਸਿਨੇਮਾਸ 'ਚ ਦੇਖੋਗੇ ਉਹ ਮੇਰੀ ਰੀਸੈਂਟ ਮੂਵੀ ਹੈ ਦੇਰ ਇਜ਼ ਅ ਪੂਨਮ ਢਿੱਲੋ ਆਈ ਥਿੰਕ ਐਕਟਰੈਸ ਤੁਸੀਂ ਪੁਰਾਣੀ ਸੁਣੀ ਪੂਨਮ ਢਿੱਲੋ ਉਹਦੀ ਡਾਟਰ ਲਾਂਚ ਕੀਤੀ ਹੈ ਔਰ ਸਨੀ ਦਿਓਲ ਦਾ ਛੋਟਾ ਬੇਟਾ ਲਾਂਚ ਤਾਂ ਮੇਰੀ ਰੀਸੈਂਟ ਮੂਵੀ ਉਹ ਹੈ ਲਾਸਟ ਮੂਵੀ ਮੇਰੀ ਕੋਵਿਡ ਤੱਕ ਸੀਗੀ ਕੋਵਿਡ ਤੋਂ ਸੀਗੀ ਲਾਲ ਸਿੰਘ ਚੱਡਾ ਵਿਦ ਆਮਿਰ ਖਾਨ ਐਂਡ ਕਰੀਨਾ ਕਪੂਰ ਖਾਨ ਸੋ ਮੇਰੇ ਪੇਜ 'ਤੇ ਕਾਫੀ ਮੈਂ ਪੋਸਟ ਕੀਤਾ ਹੋਇਆ ਆਪਣਾ ਵਰਕ ਔਰ ਇਹ ਸਾਰਾ ਇੰਡਸਟਰੀ ਦੇ ਰਿਲੇਟਿਡ ਤੁਸੀਂ ਦੇਖ ਸਕਦੇ ਹੋ 17 ਕਲਾਸ ਦੇ ਵਿੱਚ ਮੇਰੀ ਜਿਹੜੀ ਜਰਨੀ ਸੀ ਸਟਾਰਟ ਹੋ ਗਈ ਸੋ ਨਾਓ ਸਟਿਲ ਆਈ ਐਮ ਗੋਇੰਗ ਕੌਣ ਚਾਹੁੰਦਾ ਬੈਸਟ ਮਾਡਲ ਬੈਸਟ ਡਿਜ਼ਾਈਨਰ ਕੋਈ ਵੀ ਮੈਂ ਪੀਸ਼ਾ ਨੇ ਬੋਲੀ ਹੋ ਕੇ ਮੈਂ ਜਾਣੀ ਯੂ ਨੋ ਸਿਟੀ ਇੰਸਟੀਟਿਊਟ ਦੇ ਵਿੱਚ ਵੀ ਫੈਸ਼ਨ ਸ਼ੋਅਜ਼ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਸਟਾਰਟਿੰਗ ਲਰਨਿੰਗ ਕਰਦੀ ਸੀ ਕਦੀ ਵੀ ਫਰੰਟ 'ਤੇ ਨਹੀਂ ਸੀ ਆਈ ਸਿਰਫ ਬੈਕ ਸਟੇਜ 'ਤੇ ਕੰਮ ਕਰਨਾ ਉਹਨੂੰ ਸਪੀਡੀ ਬਣਾਇਆ ਕਦੀ ਕਿਤੇ ਹੁੰਦਾ ਸੀਗਾ ਫੈਸ਼ਨ ਸ਼ੋਅ ਅਸੀਂ ਉੱਥੇ ਰੈਡੀ ਕਰਦੇ ਹੁੰਦੇ ਸੀਗੇ ਉਹਦੇ 'ਚ ਵੀ ਫੈਸ਼ਨ ਸ਼ੋਅਜ਼ ਜਿਹੜੇ ਤੁਹਾਡੇ ਹੁੰਦੇ ਆ ਨਾ ਕੁਛ ਵੀ ਈਵੈਂਟਸ ਹੁੰਦੇ ਆ ਉਹਦੇ ਵਿੱਚ ਜਦੋਂ ਤੁਸੀਂ ਕੰਮ ਕਰਦੇ ਆ ਤੁਹਾਨੂੰ ਪਤਾ ਲੱਗਦਾ ਮੇਰਾ ਕੰਮ ਫੇਸ ਫਰੰਟ ਫੇਸ ਆਇਆ ਕਿਤੇ ਵੀ ਤੁਸੀਂ ਕਿਸੇ ਨੂੰ ਰੈਡੀ ਕਰਦੇ ਕਿਸੇ ਦੀ ਡਰੈਸ ਡਿਜ਼ਾਈਨ ਕਰਦੇ ਆ ਨਾ ਜੇ ਮੈਂ ਕੋਈ ਡਿਜ਼ਾਈਨ ਡਰੈਸ ਇਹਨਾਂ ਦੀ ਡਿਜ਼ਾਈਨ ਕੀਤੀ ਹੋਈ ਡਰੈਸ ਮੈਂ ਪਾਈ ਹੈ ਇਹਨਾਂ ਨੇ 5 ਜਣਿਆਂ ਨੇ ਮੈਨੂੰ ਪੁੱਛਣਾ ਯਾਰ ਤੁਸੀਂ ਇਹ ਕਿੱਥੋਂ ਬਣਾਇਆ ਸੀ ਮੈਂ ਵੀ ਬਣਾਉਣਾ ਮੈਨੂੰ ਵੀ ਇਹ ਚਾਹੀਦਾ ਐਂਡ ਮੈਂ ਕਿਹਨੂੰ ਅਪਰੋਚ ਕਰੂੰਗੀ ਦੈਟਸ ਆਲ ਨਾ ਸੋ ਇੱਕ ਇੱਦਾਂ ਦਾ ਮਤਲਬ ਠੀਕ ਹੈ ਹਰ ਕੋਈ ਕਹਿ ਲਓ ਕਿ ਵੀ ਅੱਜ ਕੱਲ੍ਹ ਹਰ ਕੋਈ ਸਟਿਚਿੰਗ ਵੱਲ ਹੋ ਗਿਆ ਹਰ ਕੋਈ ਮੇਕਅਪ ਆਰਟਿਸਟ ਬਣ ਗਿਆ ਬਟ ਇੰਨਾ ਸਾਰਾ ਮੇਕਅਪ ਆਰਟਿਸਟ ਇੱਕ ਪੀਕ ਪੁਆਇੰਟ ਤੁਸੀਂ ਕਿਵੇਂ ਬਣਨਾ ਉਹ ਤੁਹਾਡੀ ਇੰਟਰਸਟ ਔਰ ਡਿਜ਼ਾਈਨਿੰਗ 'ਤੇ ਨਜ਼ਰ 'ਤੇ ਡਿਪੈਂਡ ਕਰਦਾ ਥੈਂਕ ਆਈ ਥਿੰਕ ਇਟਸ ਇਨਫ ਫੋਰ ਟੁਡੇ ਥੈਂਕ ਯੂ ਮੈਮ ਥੈਂਕ ਯੂ ਨਾਈਸ ਟੂ ਸੀ ਯੂ ਡੂ ਯੂਰ ਬੈਸਟ ਐਂਡ ਆਈ ਹੋਪ ਤੁਹਾਡੇ 'ਚ ਇੱਕ ਅੱਧਾ ਮੇਰੇ ਲੈਕਚਰ ਵਿੱਚ ਇੱਕ ਅੱਧੇ ਸਟੂਡੈਂਟ ਨੂੰ ਤਾਂ ਕੁਛ ਪਤਾ ਹੋਵੇ ਪਤਾ ਲੱਗੂਗਾ ਸੋ ਮੇਰੇ ਨਾਲ
ਇਸ ਵੇਲੇ ਸ਼ਿਵਾਨੀ ਗਿੱਲ ਮੌਜੂਦ ਨੇ ਜੋ ਕਿ ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨੀਕਲ ਇੰਸਟੀਟਿਊਟ ਦੇ ਵਿੱਚ ਅੱਜ ਖਾਸ ਤੌਰ ਤੇ ਪਹੁੰਚੇ ਨੇ ਕਿਉਂਕਿ ਵੀ ਉੱਥੇ ਆਰਗੇਨਾਈਜ਼ ਕੀਤਾ ਗਿਆ ਸੀ ਵਰਲਡ ਫੈਸ਼ਨ ਡੇ ਔਰ ਸ਼ਿਵਾਨੀ ਖੁਦ ਸੈਲੀਬ੍ਰਿਟੀ ਮੇਕਅਪ ਆਰਟਿਸਟ ਨੇ ਸੋ ਆਓ ਫਿਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਔਰ ਪੁੱਛਦੇ ਹਾਂ ਕਿ ਉਹਨਾਂ ਦਾ ਫੈਸ਼ਨ ਦੀ ਦੁਨੀਆ ਦੇ ਬਾਰੇ ਕੀ ਕਹਿਣਾ ਔਰ ਕੀ ਟਿਪਸ ਦੇਣਗੇ ਬੱਚਿਆਂ ਨੂੰ ਕਿ ਉਹ ਕਿਸ ਤਰ੍ਹਾਂ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜਾ ਮਾਹੌਲ ਦੇ ਵਿੱਚ ਵਿਚਰਨ। ਹਾਂਜੀ ਮੈਮ, ਗੁੱਡ ਆਫਟਰਨੂਨ। ਮੈਂ ਆ ਕੇ ਇੱਥੇ ਸਟੂਡੈਂਟਸ ਨੂੰ ਮਿਲੀ ਹਾਂ ਐਂਡ ਦੇ ਵਰ ਵੈਰੀ ਐਕਸਾਈਟਿਡ ਕਿ ਮੈਂ ਆਮ ਕਮਿੰਗ ਐਂਡ ਆਈ ਐਮ ਗਾਈਡਿੰਗ ਸਮ ਫੋਰ ਥਿੰਗਸ। ਸੋ ਮੈਂ ਬੱਚਿਆਂ ਨੂੰ ਇਹੀ ਸੁਜੈਸਟ ਕੀਤਾ ਹੈ ਕਿ ਵੀ ਬੀ ਇੰਡੀਪੈਂਡੈਂਟ ਫੋਰ ਫਿਊਚਰ। ਜੋ ਵੀ ਤੁਸੀਂ ਫੈਸ਼ਨ ਡਿਜ਼ਾਇਨਿੰਗ ਦੀ ਜਿਹੜੀ ਇੰਡਸਟਰੀ ਨੂੰ ਤੁਸੀਂ ਚੂਜ਼ ਕੀਤਾ ਹੈ, ਇਸ ਸਬਜੈਕਟ ਨੂੰ ਚੂਜ਼ ਕੀਤਾ ਹੈ, ਇਹਨੂੰ ਲੌਂਗ ਲਾਈਫ ਐਜ਼ ਅ ਪ੍ਰੋਫੈਸ਼ਨਲੀ ਯੂਜ਼ ਕਰੋ ਐਂਡ ਆਪਣੇ ਟਾਰਗੇਟਸ ਨੂੰ ਅਚੀਵ ਕਰੋ ਐਂਡ ਅੱਛੇ ਤਰੀਕੇ ਨਾਲ ਕੋਨਫੀਡੈਂਟਲੀ ਐਂਡ ਡਰੈਸਿੰਗ ਸੈਂਸ ਨੂੰ ਪ੍ਰੋਪਰਲੀ ਮੇਨਟੇਨ ਕਰਕੇ ਆਪਣਾ ਇੱਕ ਕੋਨਫੀਡੈਂਸ ਮੇਨਟੇਨ ਕਰਕੇ ਐਂਡ ਆਪਣੀ ਟਾਰਗੇਟਸ ਨੂੰ ਅਚੀਵ ਕਰਕੇ ਸਕਸੈਸਫੁਲ ਲਾਈਫ ਬਣਾਓ। ਥੈਂਕ ਯੂ ਸੋ ਮੱਚ ਮੈਮ। ਔਰ ਮੇਰੇ ਨਾਲ ਹੀ ਇਸ ਵੇਲੇ ਮੌਜੂਦ ਨੇ ਫੈਸ਼ਨ ਡਿਜ਼ਾਇਨਿੰਗ ਡਿਪਾਰਟਮੈਂਟ ਦੇ HOD ਮੈਮ ਪੂਜਾ। ਸੋ ਮੈਮ, ਤੁਸੀਂ ਅੱਜ ਵਰਲਡ ਫੈਸ਼ਨ ਡੇ ਦੇ ਉੱਪਰ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ? ਮੈਂ ਮੈਮ ਕਹਿਣਾ ਚਾਹੁੰਦੀ ਆਪਣੇ ਸਾਰੇ ਬੱਚਿਆਂ ਨੂੰ ਕਿ ਕੋਈ ਨਾ ਕੋਈ ਆਪਣੀ ਲਾਈਫ ਦੇ ਵਿੱਚ ਏਮ ਬਣਾਓ ਔਰ ਅੱਜ ਦਾ ਦਿਨ ਸਾਰੇ ਬੱਚੇ ਇੱਕ ਪ੍ਰਣ ਲੈ ਲੈਣ ਕਿ ਅਸੀਂ ਕੁਛ ਬਣਨਾ ਲਾਈਫ ਵਿੱਚ। ਮੈਮ ਕੋਲ ਉਹ ਮੈਮ ਦੇਖੋ ਦੋ ਜੋਬ ਕਰ ਰਹੇ ਆ ਅਤੇ ਅਸੀਂ ਵੀ ਸਟੂਡੈਂਟ ਦੇ ਨਾਲ ਨਾਲ ਸਟੱਡੀ ਦੇ ਨਾਲ ਨਾਲ ਵੀ ਆਪਣੇ ਅੱਗੇ ਫੀਲਡ ਵਿੱਚ ਵਧੀਏ ਅਤੇ ਆਪਣੇ ਕਾਲਜ ਦਾ ਵੀ ਨਾਮ ਕਰੀਏ ਅਤੇ ਆਪਣੇ ਪੇਰੈਂਟਸ ਦਾ ਵੀ। ਅਤੇ ਮੈਂ ਆਪਣੇ ਬੱਚੇ ਨਾਲ ਹੀ ਕਹੂੰਗੀ ਬੈਸਟ ਆਫ ਲੱਕ, ਡੂ ਯੂਅਰ ਬੈਸਟ ਐਂਡ ਡੂ ਯੂਅਰ ਗ੍ਰੇਟ। ਮੈਮ ਨੇ ਗੱਲ ਕੀਤੀ ਸਾਡੇ ਨਾਲ ਸ਼ਿਵਾਨੀ ਮੈਮ ਨੇ ਔਰ ਪੂਜਾ ਮੈਮ ਨੇ ਔਰ ਇਹੀ ਦੱਸਿਆ ਕਿ ਕੋਨਫੀਡੈਂਸ ਹੋਣਾ ਬਹੁਤ ਜ਼ਰੂਰੀ ਔਰ ਨਾਲ ਦੇ ਨਾਲ ਇੰਡੀਪੈਂਡੈਂਟ ਹੋਣਾ ਜਿਹੜਾ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਹੈ। ਅੱਜ ਅਸੀਂ ਪਹੁੰਚੇ ਸੀ ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨੀਕਲ ਇੰਸਟੀਟਿਊਟ ਦੇ ਵਿੱਚ ਜਿੱਥੇ ਕਿ ਫੈਸ਼ਨ ਡਿਜ਼ਾਇਨਿੰਗ ਡਿਪਾਰਟਮੈਂਟ ਵੱਲੋਂ ਵਰਲਡ ਫੈਸ਼ਨ ਡੇ ਸੈਲੀਬ੍ਰੇਟ ਕੀਤਾ ਗਿਆ ਔਰ ਬੱਚਿਆਂ ਦੇ ਲਈ ਖਾਸ ਤੌਰ 'ਤੇ ਡਿਪਾਰਟਮੈਂਟ ਵੱਲੋਂ ਸ਼ਿਵਾਨੀ ਗਿੱਲ ਮੇਕਅਪ ਆਰਟਿਸਟ ਨੂੰ ਬੁਲਾਇਆ ਗਿਆ ਸੀ ਤਾਂ ਜੋ ਆ ਕੇ ਬੱਚਿਆਂ ਦੇ ਨਾਲ ਮੇਕਅਪ ਦੀਆਂ ਟਿਪਸ ਸਾਂਝੀਆਂ ਕਰ ਸਕਣ, ਉਹਨਾਂ ਨੂੰ ਫੈਸ਼ਨ ਦੀ ਸੈਂਸ ਦੇ ਬਾਰੇ, ਅੱਜ ਕੱਲ੍ਹ ਕੀ ਟ੍ਰੈਂਡ ਚੱਲ ਰਿਹਾ ਡਰੈਸਿੰਗ ਦੇ ਵਿੱਚ, ਉਸ ਦੇ ਬਾਰੇ ਦੱਸ ਸਕਣ ਔਰ ਉਹਨਾਂ ਨੇ ਬਹੁਤ ਸਾਰੀ ਜਾਣਕਾਰੀ ਦਿੱਤੀ ਵੀ ਬੱਚਿਆਂ ਨੂੰ ਔਰ ਖਾਸ ਤੌਰ 'ਤੇ ਜਿਹੜੀ ਦੱਸਣ ਵਾਲੀ ਗੱਲ ਉਹ ਇਹ ਸੀ ਕਿ ਕਿਵੇਂ ਉਹ ਆਪਣੇ ਆਪ ਨੂੰ ਫੈਸ਼ਨ ਔਰ ਮੇਕਅਪ ਦੀ ਦੁਨੀਆ ਦੇ ਵਿੱਚ ਲੈ ਕੇ ਆਏ ਔਰ ਕਿਵੇਂ ਇੱਕ ਪੁਲਿਸ ਆਫਿਸਰ ਦੇ ਤੌਰ 'ਤੇ ਉੱਪਰ ਵੀ ਆਪਣੀ ਜੌਬ ਜਿਹੜੀ ਹੈ ਨਿਭਾ ਰਹੇ ਨੇ ਔਰ ਬੱਚਿਆਂ ਨੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਕੋਨਫੀਡੈਂਸ ਦੇ ਵਿੱਚ ਰਹਿਣਾ ਹੈ, ਆਪਣੇ ਆਪ ਨੂੰ ਕਾਬਿਲ ਬਣਾਉਣਾ ਹੈ, ਕਦੀ ਕਿਸੇ ਦੇ ਉੱਪਰ ਡਿਪੈਂਡੈਂਟ ਨਹੀਂ ਹੋਣਾ ਔਰ ਉਹਨਾਂ ਨੇ ਬੱਚਿਆਂ ਨੂੰ ਵਰਲਡ ਫੈਸ਼ਨ ਡੇ ਦੇ ਉੱਪਰ ਬਹੁਤ ਸਾਰੀਆਂ ਮੁਬਾਰਕਾਂ ਵੀ ਦਿੱਤੀਆਂ ਔਰ ਦੱਸਿਆ ਕਿ ਅੱਜ ਦੀ ਦੁਨੀਆ ਦੇ ਵਿੱਚ ਫੈਸ਼ਨ ਜਿਹੜਾ ਹੈ ਉਹ ਕਿੰਨਾ ਜ਼ਰੂਰੀ ਹੈ ਕਿਉਂਕਿ ਵੀ ਜੋ ਦਿਖਦਾ ਹੈ ਉਹੀ ਤਾਂ ਵਿਕਦਾ ਹੈ ਅਤੇ ਜੇ ਸਾਨੂੰ ਆਪਣੇ ਆਪ ਨੂੰ ਕੈਰੀ ਕਰਨਾ ਹੀ ਨਹੀਂ ਆਵੇਗਾ ਤਾਂ ਫਿਰ ਅਸੀਂ ਦੁਨੀਆ ਦੇ ਸਾਹਮਣੇ ਦੁਨੀਆ ਨੂੰ ਆਪਣੀਆਂ ਡਰੈਸਿਸ ਜਿਹੜੀਆਂ ਬਣਾ ਕੇ ਕਿਸ ਤਰ੍ਹਾਂ ਵੇਚਾਂਗੇ? ਸੋ ਸੇਂਟ ਸੋਲਜਰ ਟਾਈਮਸ ਤੋਂ ਕੈਮਰਾਮੈਨ ਅਨੁਰਾਗ ਦੇ ਨਾਲ ਜਸਪ੍ਰੀਤ ਕੌਰ।